बधाइयां लख लख बधाइयां लख लख मुबारक मेरिया भैणा माताओं पिता समान बुजुर्ग और मेरे वीर और छोटे छोटे बच्चे तो सारे ने मिल दिए लख लख बधाइयां लख लख मुबारक सो सियाने कहते हैं कोई भी काम शुरू करना हो तो अल्लाह वाहिगुरु उस परमात्मा का नाम लेना बहुत जरूरी होता और आओ एक परमात्मा के चरणों के हाजिरी लगा के आप इस प्रोग्राम का अनुवाद करिए और मैं थैंक्स करती हूँ श्री भीमदास जी एंड सानिया बराड जी जिन्होंने बदौलत मैं तुहाडे रब वर्गे रूहां के दर्शन करने का मौका मिले सो आओ जी एक पीरा के नाम की हाजिरी हेलो दुख कट दुनिया दे बड़े खुशियां खेड़े Thank you.
ਜੀ ਦੇ ਨਾਂ ਤੇ ਤਾੜੀ ਲਾ ਦਿਓ ਸਰ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਕਹਿੰਦੇ ਮੈਂ ਤੁਹਾਡੇ ਵਿੱਚ ਆਇਆ ਇਹ ਸਭ ਕਿਰਪਾ ਤੁਹਾਡੀ ਹੈ, ਮੈਂ ਤੁਹਾਡੇ ਵਿੱਚ ਆਇਆ ਇਹ ਸਭ ਕਿਰਪਾ ਤੁਹਾਡੀ ਹੈ, ਮੈਨੂੰ ਕੱਖ ਤੋਂ ਲੱਖ ਬਣਾਇਆ ਇਹ ਸਭ ਕਿਰਪਾ ਤੁਹਾਡੀ ਹੈ। ਮੱਥੇ ਕੱਸ ਜਾਂਦੇ ਨੇ ਰੱਬ ਕੋਲੋਂ ਸਦਾ ਮੰਗ ਮੰਗ ਲੋਕਾਂ ਦੇ, ਮੈਂ ਜੋ ਮੰਗਿਆ ਸੋ ਪਾਇਆ ਇਹ ਸਭ ਕਿਰਪਾ ਤੁਹਾਡੀ ਹੈ, ਮੈਂ ਜੋ ਮੰਗਿਆ ਸੋ ਪਾਇਆ ਇਹ ਸਭ ਕਿਰਪਾ ਤੁਹਾਡੀ ਹੈ। ਸੋ ਬੜੀ ਅਪਾਰ ਕਿਰਪਾ ਹੁੰਦੀ ਹੈ ਪੀਰਾਂ ਦੀ, ਰੱਬ ਵਰਗੇ ਸਰੋਤਿਆਂ ਦੀ, ਜਿਸਦਾ ਕਰਕੇ ਕਲਾਕਾਰ ਇਸ ਮੁਕਾਮ ਤੇ ਪਹੁੰਚਦਾ। ਸੋ ਮੈਨੂੰ ਲੱਗਦਾ ਕਿ ਬਾਈ ਜੀ ਨੂੰ ਥੋੜੀ ਜਿਹੀ ਦੇਰੀ ਹੋ ਰਹੀ ਹੈ। ਸੋ ਜੀ ਉਹ ਸੌਂਗ ਤੁਹਾਡੇ ਰੂਪ ਨੂੰ, ਮੇਰੇ ਬਾਪੂ ਦਾ ਜਵਾਈ ਬਣ ਜਾ ਤੇਰੀ ਬੇਬੇ ਦੀ ਬਣਾ ਲੈ ਮੈਂ ਨੰਬਰ। ਖਾਤੀਰੀਆਂ ਮੈਂ ਮੱਤਾਂ ਸੋਹਣਿਆ, ਹਾਏ ਵੇ ਲੱਖਾਂ ਤੇਰੀਆਂ ਮੈਂ ਮੱਤਾਂ ਸੋਹਣਿਆ, ਬਸ ਇੱਕੋ ਮੇਰੀ ਗੱਲ ਮੰਨ ਤੂੰ ਵੇ, ਤੂੰ ਮੇਰੇ ਬਾਪੂ ਦਾ ਜਵਾਈ ਬਣ ਜਾ, ਤੇਰੀ ਬੇਬੇ ਦੀ ਬਣਾ ਦੇ ਮੈਂ।
ਕਮਾਲ ਕੀਤੀ ਹੈ। ਬੜਾ ਠੰਡਾ ਜਿਹਾ ਮੌਸਮ ਹੈ ਅੱਜ। ਹੈਲੋ, ਸਭ ਤੋਂ ਪਹਿਲਾਂ ਇੱਕ ਤਾੜੀ ਮਾਰ ਦਿਓ ਆਪਣੇ। ਥੈਂਕ ਯੂ, ਮਿਹਰਬਾਨੀ। ਪੀਰ ਲੱਖ ਦਾਤਾ ਜੀ, ਪੀਰ ਬਾਬਾ ਲੱਖ ਦਾਤਾ ਜੀ, ਜਿਹਨਾਂ ਨਾਲ ਅੱਜ ਮੇਲਾ ਹੋ ਰਿਹਾ, ਪੀਰ ਬਾਬਾ ਲੱਖ ਦਾਤਾ ਜੀ, ਪਿੰਡ ਹਾਰਾ ਸਿੰਘ ਵਾਲਾ, ਬਾਬਾ ਜੀ ਦੇ ਸੇਵਾਦਾਰ ਪਰਮਜੀਤ ਸਿੰਘ ਜੀ, ਕਮੇਟੀ ਮੈਂਬਰ ਕਾਲਾ ਸਿੰਘ ਜੀ, ਬੂਟਾ ਸਿੰਘ ਜੀ, ਸੋਨਾ ਸਿੰਘ ਜੀ, ਸੁਖਚੈਨ ਸਿੰਘ ਜੀ, ਬੱਬੂ ਬਾਈ, ਮਨਜੀਤ ਸਿੰਘ ਜੀ, ਨਗਰ ਵਾਸੀਆਂ ਦੇ ਪਿੰਡ ਦੇ ਸਹਿਯੋਗ ਨਾਲ ਮੇਲਾ ਹੋ ਰਿਹਾ ਹੈ, ਅਤੇ ਖਾਸ ਕਰਕੇ ਕਾਲੇ ਬਾਈ ਦੀ ਸੁਖਣਾ ਹੈ ਜਿਹੜਾ ਅੱਜ ਅਸੀਂ ਪ੍ਰੋਗਰਾਮ ਇੱਥੇ ਕਰ ਰਹੇ ਹਾਂ। ਜਿਹੜੀ ਕਾਲਾ ਜਿਹੜਾ ਆਪਣਾ ਘੋੜੇ ਚੱਕ ਦੋ ਬਾਈ, ਉਹਨਾਂ ਦੀ ਸੁਖਣਾ ਸੀ ਕੋਈ ਬਾਬੇ ਚਰਨਾਂ 'ਚ ਉਹਨਾਂ ਨੇ ਅਰਦਾਸ ਕੀਤੀ, ਮੇਰਾ ਕੋਈ ਕੰਮ ਹੋ ਜਾਵੇ ਅਤੇ ਮੈਂ ਤੁਹਾਡੇ ਸ਼ਰੀਫ ਦਿਲ ਦਾ ਖੜਾ ਲਵਾਂਗਾ ਦਰਬਾਰ 'ਤੇ। ਉਹਨਾਂ ਦਾ ਜਿੱਦਾਂ ਬਾਬੇ ਨੇ ਆਹ ਭਲੀ ਆਈ ਗਿਆ ਕੋਈ, ਤੋ ਬਾਬਾ ਜੀ ਨੇ ਉਹਨਾਂ ਦੇ ਜਿਹੜਾ ਸੁਖਣਾ ਪੂਰੀ ਕੀਤੀ ਹੈ, ਅਤੇ ਇਹਨਾਂ ਨੇ ਜਿੰਨਾ ਵੀ ਖਰਚਾ ਅੱਜ ਸਾਡਾ ਕਲਾਕਾਰਾਂ ਦਾ ਹੋਇਆ ਇਹ ਸਾਰਾ ਇਹਨਾਂ ਨੇ ਹਰੇਕ ਕਾਲੇ ਬਾਈ ਦੇ ਨਾਲ ਤਾੜੀ ਮਾਰਦਾ ਬਾਬਾ ਜੀ, ਇੱਦਾਂ ਮੇਰਾ ਰੱਖੀ ਮਿਹਰਬਾਨੀ। ਥੈਂਕ ਯੂ। ਫਿਰ ਵੀ ਮੈਂ ਤਾਂ ਸਟੇਜ ਸ਼ੁਰੂ ਕਰਤੀ ਇਸ ਦੌਰ ਨੇ, ਥੋੜ੍ਹਾ ਅਸੀਂ ਲੇਟ ਹੋ ਗਏ ਸੀਗੇ, ਅਤੇ ਫਿਰ ਵੀ ਮੈਂ ਸਟੇਜ ਸ਼ੁਰੂ ਕੀ, ਅਤੇ ਦੋ ਕੁ ਸ਼ਬਦ ਮੈਂ ਬਾਬੇ ਦੇ ਨਾਂ 'ਤੇ ਕਹਿ ਦੇਵਾਂ, ਮੇਰੇ ਮਨ 'ਚ ਜਿਹਾ ਜੇ ਰਹੂਗਾ ਵੀ ਪਤਾ ਨਹੀਂ ਕਿਉਂ। ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ, ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ, ਤੇ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ, ਲੋਕੀ ਤੱਕਦੇ ਨੇ ਐ ਬੁਗਨਾ ਮੇਰੇ ਹੋਏ, ਲੋਕੀ ਤੱਕਦੇ ਬੁਗਨਾ ਮੇਰੇ, ਤੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ, ਤੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ, ਤੇ ਮੈਂ ਤਾਂ ਤੱਕਦਾ ਰਹਿਮਤਾਂ। ਦਰਬਾਰ ਹੈ ਮਸਤਾਨਾ ਮਸਤੀ ਵਿਚਰ ਗਿਆ ਏ, ਦਰਬਾਰ ਹੈ ਮਸਤਾਨਾ ਮਸਤੀ ਵਿਚਰ ਗਿਆ ਏ, ਸਾਨੂੰ ਸਭ ਕੁਝ ਹੈ ਮਿਲਿਆ, ਸਾਨੂੰ ਸਭ ਕੁਝ ਹੈ ਮਿਲਿਆ, ਸਾਨੂੰ ਸਭ ਕੁਝ ਹੈ ਮਿਲਿਆ, ਅਸੀਂ ਜੋ ਵੀ ਮੰਗਿਆ ਏ, ਦਰਬਾਰ ਹੈ ਮਸਤਾਨਾ ਮਸਤੀ ਵਿਚਰ ਗਿਆ ਏ, ਦਰਬਾਰ ਹੈ ਮਸਤਾਨਾ ਮਸਤੀ ਵਿਚਰ ਗਿਆ ਏ। ਯਾਰ ਮਨਾਉਣਾ ਏ ਕੱਚ ਨੱਚ ਕੇ ਮਨਾ ਲੈ ਤੂੰ, ਯਾਰ ਮਨਾਉਣਾ ਏ ਕੱਚ ਨੱਚ ਕੇ ਮਨਾ ਲੈ ਤੂੰ, ਸ਼ਰਦਾ ਨਾਲ ਚੁੱਕ ਜਾਂਦਾ, ਸ਼ਰਦਾ ਨਾਲ ਚੁੱਕ ਜਾਂਦਾ, ਸ਼ਰਦਾ ਨਾਲ ਚੁੱਕ ਜਾਂਦਾ, ਜੋ ਕਰ ਤੂੰ ਲੰਘਿਆ। ਰਾਜੀਨਾਮਾ ਲੈ ਕੇ ਕਲੀ ਉੱਤੇ ਜਿੰਦਗੀ ਜਿਹਨੇ ਆਪਣੀ ਐਲਬਮ ਆਏ, ਜਿਵੇਂ ਕਿ ਰਾਜੀਨਾਮਾ ਕਰ ਮਿੱਤਰਾ, ਕਤਲਾਂ 'ਤੇ ਗੱਲ ਪਹੁੰਚ ਗਈ, ਲੱਭਦੇ ਸੀ ਵੀਰ ਮਿੱਤਰਾ ਮੇਰਾ ਵਿਆਹ ਕਰ ਦਿਓ, ਤੇਰਾ ਮੇਰਾ ਨਾਮ ਜਾਨ, ਮਾਪਿਆਂ ਡਰ ਮਿੱਤਰਾ ਖੇਲ ਕਰਾਵੇਂਗਾ, ਸਫਾਰੀ ਲੈ ਕੇ ਆ ਸੋਹਣਿਆ, ਮੇਲਾ ਕਲੱਬ ਡਰ ਲੱਗਦਾ ਹੈ ਅਤੇ ਤਲੀ ਉੱਤੇ ਜਿੰਦ, ਅਤੇ ਜਿਹੜਾ ਹੁਣ ਆਪਣਾ ਗਾਣਾ ਨਵਾਂ ਚੱਲ ਰਿਹਾ ਤਫਦਾ ਤੰਦੂਰ, ਜੱਟ ਨੀ ਰਹੋ ਤਫਦਾ ਤੰਦੂਰੀ, ਸਾਨੀਆਂ ਕਹਿੰਦੀ ਮੈਂ ਕਿਹੜਾ ਘੱਟ ਮੈਂ ਵੀ ਅੱਗ ਦਈਆਂ ਨਾਲ ਸੁਣੇ ਹੁਣ, ਅਤੇ ਸਾਰੇ ਗਾਣਾ ਬੜਾ ਪਿਆਰ ਦਿੱਤਾ, ਤੁਸੀਂ ਗਾਣੇ ਬੜੇ ਹਿੱਟ ਕੀਤੇ, ਜਿਵੇਂ ਕਿ ਲੈਣਾ ਹੈ ਗਵਾਂਢੀਆਂ ਲੜਕੇ ਰਾਜ ਨਵਾਂ ਕਰ ਮਿੱਤਰਾ, ਆਪਾਂ ਵਾਢੀਆਂ ਤੋਂ ਪਹਿਲਾਂ ਮੇਰੇ ਪੇਕਿਆਂ ਤੋਂ ਗੇੜਾ ਕੱਢਾਂ ਦੇਖਾਂ, ਗਵਾਂਢੀ ਨੇ ਪਕਾ ਦੇ ਰੋਟੀਆਂ ਮੇਰੀ ਘਰ ਵਾਲੀ ਗਈ ਆ ਉਸ ਪੇਕੇ, ਬਾਕੀ ਗੱਲਾਂ ਛੱਡ ਪੈ ਕੇ ਠੋਕ ਕੇ ਰੱਖੀ ਦੇ, ਪਚੋਲੇ 'ਤੇ ਮੈਂ ਕੇਸ ਕਰਨਾ ਵਿਖਾਈ, ਹੋਰ ਅਤੇ ਵਿਆਹ 'ਤੇ ਹੋਰ ਸਫਾਰੀ ਲੈ ਕੇ ਆਇਆ ਸੁਣਿਆ, ਹੋਰ ਬਹੁਤ ਸਾਰੇ ਗਾਣੇ ਹਿੱਟ ਕੀਤੇ, ਧੰਨਵਾਦ ਕਰਦਾ ਸਾਰੀਆਂ ਭੈਣਾਂ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ, ਕਿਉਂਕਿ ਸੱਭਿਆਚਾਰ ਗਾਣਾ ਬੜਾ ਪਿਆਰ ਦਿੱਤਾ, ਅਤੇ ਲਓ ਉਸੇ ਗਾਣੇ ਸ਼ੁਰੂ ਕਰਦੇ ਹਾਂ ਜਿਹੜਾ 12-10 ਸਾਲ ਪਹਿਲਾਂ ਤੋਂ ਗਾਣਾ ਬੜਾ ਹਿੱਟ ਕੀਤਾ ਸੀਗਾ, ਮਟਿਆਰ ਕਹਿੰਦੀ ਕਿ ਲੈਣਾ ਇੱਕ ਵਾਂਢੀਆਂ ਨਾਲ ਲੜ ਕੇ ਮੈਂ ਰਾਜੀਨਾਮਾ ਕਰ ਦਿੱਤਾ, ਅਤੇ ਕਬਲ ਕਹਿੰਦਾ ਕਹਿੰਦਾ ਚੁੱਪ ਕੀਤਿਆਂ ਨੂੰ ਰਹਿਣ ਕਿਉਂ ਦਿੰਦਾ ਨਾ ਸ਼ਰੀਕਾਂ ਨਾਲ, ਪੈਂਦਾ ਵੱਜਣਾ ਜਦੋਂ ਸੋਹਣੀ ਲੋਕੀ ਕਹਿੰਦੀ ਆਓ ਜਾ ਕੇ ਆ ਜਾ ਕਰੋ।
ਆਪੇ ਕਿਉਂ ਬੇਇੱਜ਼ਤੀ ਕਰਾਉਣੀ ਹੁੰਦੀ ਹੈ? ਅਗਲਾ ਕਹੂੰਗਾ ਤਾਂ ਦੋ ਦੋ ਲਈ ਫਿਰ ਤਾਂ ਆਖੇ ਕੋਈ ਨਹੀਂ ਲੱਗਦੀ।